ਜੀ ਸਾਡੇ ਦਰਮਿਆਨ ਮੌਜੂਦ ਨੇ ਸ਼ਾਹਿਦ ਅਫਰੀਦੀ ਤੇ ਆਓ ਇਹਨਾਂ ਨਾਲ T20 ਬਾਰੇ ਗੱਪਸ਼ਪ ਕਰਦੇ ਹਾਂ। ਕੀ ਮੌਤ ਪਈ ਅਫਰੀਦੀ ਭਾਈ, ਤੁਹਾਨੂੰ ਪਿਸ਼ਾਵਰ ਦੀ ਛੋਟੀ ਜਿਹੀ ਟੀਮ ਉਹਨੇ ਗੋਡਿਆਂ 'ਚ ਲੈ ਕੇ ਤੁਹਾਡੀ ਟਿੰਡ ਕੀਤੀ ਤੇ ਟੂਰਨਾਮੈਂਟ ਤੋਂ ਬਾਹਰ ਕੱਢ ਦਿੱਤਾ। ਉਹ ਯਾਰ ਟੀਮ ਕੋਈ ਵੱਡੀ ਹੋਵੇ ਤੇ ਭਾਵੇਂ ਕੋਈ ਛੋਟੀ ਹੋਵੇ, ਉਹ ਟੀਮ ਹੁੰਦੀ ਹੈ। ਇਹ ਵੇਖਿਆ ਨਹੀਂ ਛੋਟਾ ਜਿਹਾ ਸਰਜੈਂਟ ਹੁੰਦਾ ਹੈ ਤੇ ਕਿੱਡੀ ਵੱਡੀ ਹੀਨ ਉਹਦਾ ਚਲਾਨ ਕਰ ਦਿੰਦਾ। ਮੈਂ ਤੇ ਸੋਚਿਆ ਸੀ ਛੋਟੀ ਜਿਹੀ ਟੀਮ ਹੈ, ਧੌਣੋਂ ਫੜ ਕੇ ਤੇ ਬਾਹਰ ਖੜ ਦਿਆਂਗੇ, ਪਰ ਉਹਨਾਂ ਨੇ ਸਾਨੂੰ ਇਸ ਤਰ੍ਹਾਂ ਕੱਢਿਆ ਜਿਵੇਂ ਅਵਾਰਾ ਮੁੰਡਾ ਘਰੋਂ ਬਾਹਰ ਕੱਢੀ ਦਾ। ਸ਼ਾਇਦ ਤੁਸੀਂ ਇਹ ਮੰਜ਼ਰ ਵੇਖਿਆ ਹੋਵੇ। ਸ਼ਾਹਿਦ ਬਾਈ, ਤੁਹਾਡੀ ਟੀਮ 'ਚ ਤਾਂ ਬੜੇ ਟੌਪ ਦੇ ਖਿਲਾੜੀ ਇਕੱਠੇ ਹੋਏ ਸੀ ਤੇ ਖੇਲ ਤੁਸੀਂ ਇੰਜ ਦਾ ਪੇਸ਼ ਕੀਤਾ ਜਿੱਦਾਂ ਸਾਰੇ ਖਿਲਾੜੀਆਂ ਨੂੰ ਡ੍ਰਿਪਾਂ ਲੱਗਣ ਵਾਲੀਆਂ ਹੋਈਆਂ ਸੀ। ਕ੍ਰਿਕਟ ਬੜੀ ਅਜੀਬ ਗੇਮ ਹੈ ਬਾਜੀ, ਤੈਨੂੰ ਇਹਨਾਂ ਗੱਲਾਂ ਦੀ ਸਮਝ ਨਹੀਂ। ਇੰਨਾ ਮੈਚ ਜਿੰਨਾ ਮੁਸ਼ਕਲ ਨਹੀਂ ਜਿੰਨਾ ਆਵਾਮ ਕੋਲੋਂ ਮਾਫ਼ੀ ਮੰਗਣੀ, ਤੇ ਉਹ ਮੈਂ ਮਾਫ਼ੀ ਮੰਗ ਲਈ ਹੈ। ਤੇ ਜੇ ਹੁਣ ਆਵਾਮ ਮੇਰੇ ਕੋਲੋਂ ਮਜ਼ੀਦ ਹੋਰ ਮਾਫ਼ੀਆਂ ਮੰਗਾਉਣਾ ਚਾਹੁੰਦੀ ਹੈ ਤੇ ਫਿਰ ਮੈਨੂੰ ਇੱਜ਼ਤ ਨਾਲ ਵਾਪਸ ਲਿਆਉਣਾ ਪਏਗਾ, ਨਹੀਂ ਤੇ ਫਿਰ ਮੇਰੀ ਖੇਡਦੀ ਹੈ ਜੁੱਤੀ।